ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿੰਦਾਬਾਦ। ਆੜਤੀ ਅਤੇ ਬਣਦੀ ਕਾਰਵਾਈ ਕਰਵਾ ਕੇ ਰਹਾਂਗੇ। ਮੌੜ ਮੰਡੀ ਦੇ ਠੱਗ ਆੜਤੀ ਅਤੇ ਕਾਰਵਾਈ ਕਰਵਾ ਕੇ ਰਹਾਂਗੇ। ਕਿਸਾਨਾਂ ਦੇ ਕਰੋੜਾਂ ਰੁਪਏ ਲੈ ਕੇ ਭੱਜੇ ਆੜਤੀਆਂ। ਸਾਰੀ ਜਮਾ ਪੂੰਜੀ ਕਿਸਾਨਾਂ ਨੇ ਰੱਖੀ ਸੀ ਆੜਤੀਆਂ ਕੋਲ। ਹੁਣ ਕਿਸਾਨਾਂ ਨੇ ਗੁੱਸੇ ਹੋ ਕੇ ਹਾਈਵੇ ਕਰਤਾ ਜਾਮ। ਤਾਂ ਦੱਸ ਦਈਏ ਕਿ ਇੱਕ ਆੜਤੀਆ ਜਿਸ ਦਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਜਾ ਰਿਹਾ, ਤਾਂ ਉਹ ਕਿਸਾਨਾਂ ਦੇ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਗਿਆ। ਤਾਂ ਕਿਸਾਨਾਂ ਦੇ ਵੱਲੋਂ ਜੋ ਵੀ ਜਮ੍ਹਾਂ ਪੂੰਜੀ ਸੀ ਉਸਨੂੰ ਵਿਆਜ ਤੇ ਆੜਤੀਏ ਨੂੰ ਦਿੱਤਾ ਹੋਇਆ ਸੀ। ਤਾਂ ਆੜਤੀਏ ਦੀ ਦੱਸ ਦਈਏ ਕਿ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਸਦਾ ਮੁੰਡਾ ਉਹਨਾਂ ਦੇ ਸਾਰੇ ਪੈਸੇ ਲੈ ਕੇ ਮੋਹਾਲੀ ਫਰਾਰ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ, ਜਿੱਥੇ ਕਿ ਕਿਸਾਨ ਗੁੱਸੇ ਦੇ ਵਿੱਚ ਆ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਜਾਂਦਾ ਹੈ। ਤਾਂ ਕਿਸਾਨਾਂ ਦੇ ਵੱਲੋਂ ਕਿਹਾ ਕਿ ਉਹਨਾਂ ਦੀ ਜੋ ਵੀ ਜਮ੍ਹਾਂ ਪੂੰਜੀ ਸੀ ਉਹਨਾਂ ਦੇ ਵੱਲੋਂ ਆੜਤੀਏ ਕੋਲ ਰੱਖੀ ਹੋਈ ਸੀ। ਤਾਂ ਕਿਸੇ ਨੇ ਕੁੜੀਆਂ ਦੇ ਵਿਆਹ ਕਰਾਉਣੇ ਸੀ ਤਾਂ ਕਈਆਂ ਦੇ ਕੋਈ ਹੋਰ ਕੰਮ ਸੀ, ਪਰ ਹੁਣ ਉਹਨਾਂ ਦੇ ਕੋਲ ਇੱਕ ਰੁਪਈਆ ਵੀ ਨਹੀਂ ਹੈ, ਕਿਉਂਕਿ ਸਾਰੀ ਜੋ ਰਕਮ ਸੀ ਉਹਨਾਂ ਦੇ ਵੱਲੋਂ ਆੜਤੀਏ ਕੋਲ ਰੱਖੀ ਹੋਈ ਸੀ। ਤਾਂ ਉਹਨਾਂ ਦੇ ਵੱਲੋਂ ਫਿਰ ਮੌਕੇ 'ਤੇ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜਦੋਂ ਤੱਕ ਸਾਡੀ ਜਮ੍ਹਾਂ ਪੂੰਜੀ ਵਾਪਸ ਨਹੀਂ ਹੁੰਦੀ ਅਸੀਂ ਇਸ ਤਰੀਕੇ ਦੇ ਨਾਲ ਹੀ ਚੱਕਾ ਜਾਮ ਰੱਖਾਂਗੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਕਈ ਘਰਾਂ ਦੇ ਪੈਸੇ ਸੀ, ਜਿਸ ਦੇ ਵਿੱਚ ਕਿਸੇ ਸ਼ਖਸ ਦੇ 10 ਲੱਖ, ਕਿਸੇ ਦੇ 20 ਅਤੇ ਕਿਸੇ ਦੇ 40 ਲੱਖ ਰੁਪਇਆ ਇਸ ਆੜਤੀਏ ਕੋਲ ਜਮ੍ਹਾਂ ਸੀ। ਤਾਂ ਕਿਸਾਨਾਂ ਮੁਤਾਬਿਕ 2.5 ਕਰੋੜ ਦੇ ਕਰੀਬ ਦੀ ਨਕਦੀ ਸੀ ਜਿਹੜੀ ਕਿ ਇਸ ਆੜਤੀਏ ਕੋਲ ਪਈ ਸੀ, ਜੋ ਕਿ ਸਾਰੀ ਲੈ ਕੇ ਉਹ ਫਰਾਰ ਹੋ ਜਾਂਦਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿੰਦਾਬਾਦ। ਆੜਤੀ ਅਤੇ ਬਣਦੀ ਕਾਰਵਾਈ ਕਰਵਾ ਕੇ ਰਹਾਂਗੇ। ਮੌੜ ਮੰਡੀ ਦੇ ਠੱਗ ਆੜਤੀ ਅਤੇ ਕਾਰਵਾਈ ਕਰਵਾ ਕੇ ਰਹਾਂਗੇ। ਕਿਸਾਨਾਂ ਦੇ ਕਰੋੜਾਂ ਰੁਪਏ ਲੈ ਕੇ ਭੱਜੇ ਆੜਤੀਆਂ। ਸਾਰੀ ਜਮ੍ਹਾਂ ਪੂੰਜੀ ਕਿਸਾਨਾਂ ਨੇ ਰੱਖੀ ਸੀ ਆੜਤੀਏ ਕੋਲ। ਹੁਣ ਕਿਸਾਨਾਂ ਨੇ ਗੁੱਸੇ ਹੋ ਕੇ ਹਾਈਵੇ ਕਰਤਾ ਜਾਮ। ਤਾਂ ਦੱਸ ਦਈਏ ਕਿ ਇੱਕ ਆੜਤੀਆ ਜਿਸ ਦਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਜਾ ਰਿਹਾ, ਤਾਂ ਉਹ ਕਿਸਾਨਾਂ ਦੇ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਗਿਆ। ਤਾਂ ਕਿਸਾਨਾਂ ਦੇ ਵੱਲੋਂ ਜੋ ਵੀ ਜਮ੍ਹਾਂ ਪੂੰਜੀ ਸੀ ਉਸਨੂੰ ਵਿਆਜ ਤੇ ਆੜਤੀਏ ਨੂੰ ਦਿੱਤਾ ਹੋਇਆ ਸੀ। ਤਾਂ ਆੜਤੀਏ ਦੀ ਦੱਸ ਦਈਏ ਕਿ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਸਦਾ ਮੁੰਡਾ ਉਹਨਾਂ ਦੇ ਸਾਰੇ ਪੈਸੇ ਲੈ ਕੇ ਮੋਹਾਲੀ ਫਰਾਰ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ, ਜਿੱਥੇ ਕਿ ਕਿਸਾਨ ਗੁੱਸੇ ਦੇ ਵਿੱਚ ਆ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਜਾਂਦਾ ਹੈ। ਤਾਂ ਕਿਸਾਨਾਂ ਦੇ ਵੱਲੋਂ ਕਿਹਾ ਕਿ ਉਹਨਾਂ ਦੀ ਜੋ ਵੀ ਜਮ੍ਹਾਂ ਪੂੰਜੀ ਸੀ ਉਹਨਾਂ ਦੇ ਵੱਲੋਂ ਆੜਤੀਏ ਕੋਲ ਰੱਖੀ ਹੋਈ ਸੀ। ਤਾਂ ਕਿਸੇ ਨੇ ਕੁੜੀਆਂ ਦੇ ਵਿਆਹ ਕਰਾਉਣੇ ਸੀ ਤਾਂ ਕਈਆਂ ਦੇ ਕੋਈ ਹੋਰ ਕੰਮ ਸੀ, ਪਰ ਹੁਣ ਉਹਨਾਂ ਦੇ ਕੋਲ ਇੱਕ ਰੁਪਈਆ ਵੀ ਨਹੀਂ ਹੈ, ਕਿਉਂਕਿ ਸਾਰੀ ਜੋ ਰਕਮ ਸੀ ਉਹਨਾਂ ਦੇ ਵੱਲੋਂ ਆੜਤੀਏ ਕੋਲ ਰੱਖੀ ਹੋਈ ਸੀ। ਤਾਂ ਉਹਨਾਂ ਦੇ ਵੱਲੋਂ ਫਿਰ ਮੌਕੇ 'ਤੇ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜਦੋਂ ਤੱਕ ਸਾਡੀ ਜਮ੍ਹਾਂ ਪੂੰਜੀ ਵਾਪਸ ਨਹੀਂ ਹੁੰਦੀ ਅਸੀਂ ਇਸ ਤਰੀਕੇ ਦੇ ਨਾਲ ਹੀ ਚੱਕਾ ਜਾਮ ਰੱਖਾਂਗੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਕਈ ਘਰਾਂ ਦੇ ਪੈਸੇ ਸੀ, ਜਿਸ ਦੇ ਵਿੱਚ ਕਿਸੇ ਸ਼ਖਸ ਦੇ 10 ਲੱਖ, ਕਿਸੇ ਦੇ 20 ਅਤੇ ਕਿਸੇ ਦੇ 40 ਲੱਖ ਰੁਪਇਆ ਇਸ ਆੜਤੀਏ ਕੋਲ ਜਮ੍ਹਾਂ ਸੀ। ਤਾਂ ਕਿਸਾਨਾਂ ਮੁਤਾਬਿਕ 2.5 ਕਰੋੜ ਦੇ ਕਰੀਬ ਦੀ ਨਕਦੀ ਸੀ ਜਿਹੜੀ ਕਿ ਇਸ ਆੜਤੀਏ ਕੋਲ ਪਈ ਸੀ, ਜੋ ਕਿ ਸਾਰੀ ਲੈ ਕੇ ਉਹ ਫਰਾਰ ਹੋ ਜਾਂਦਾ ਹੈ।